ਆ ਫੋਟੋ ਸ਼ੂਟ ਕਰਾਣਾ ਤੇ ਸਟੂਡੀਓ ਜਿਹੜਾ ਨਾ ਉੱਥੇ ਕਿਤੇ ਨੇੜੇ ਤੇੜੇ ਹੈਗਾ ਸਮਝ ਨਹੀਂ ਆ ਰਹੀ ਕੀ ਨਾਮ ਸੀ ਹੁੰਦਾ ਜੀ ਆਰ ਐਨ ਕੁਨੀਕਾ ਆਰ ਜੀਵ ਜੀਮ ਐਨ ਕੁਨੀਕਾ ਅੱਛਾ ਤਾਂ ਜ਼ਬਰਦਸਤ ਓਏ ਹੈ ਯੂ ਆਇਆ 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 जी अस्सलाम वालेकुम जी वालेकुम सलाम सर जी हुकम भाई हुकम की जी बड़ी तारीफ सुनी है ਤੁਹਾਡੇ ਸਟੂਡੀਓ ਦੀ ਅੱਛਾ ਜੀ ਮਿਹਰਬਾਨੀ ਸਰ ਔਰ ਸੁਣਿਆ ਬੜੀ ਅੱਛੀ ਤਸਵੀਰਾਂ ਤੁਸੀਂ ਖਿੱਚਦੇ ਹੋ ਜੀ 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 ਔਰ ਬੜੀ ਸਫਾਈ ਹੁੰਦੀ ਤਸਵੀਰਾਂ ਸ਼ਾਈਨਿੰਗ ਜੀ ਸਰ ਬਸ ਅੱਲਾਹ ਦਾ ਕਰਮ ਹੈ ਹੋਰ ਕੁਝ ਵੀ ਨਹੀਂ ਭਾਈ ਮਾਲਕ ਨੂੰ ਬੁਲਾਓ ਹੈ ਮਾਲਕ ਨੂੰ ਬੁਲਾ ਦੇ ਤੁਸੀਂ ਬੁਲਾ ਲਓ ਮੈਂ ਨਹੀਂ ਬੁਲਾਉਣਾ ਉਹਨਾਂ ਨੂੰ ਉਹ ਮੈਂ ਮਾਲਕ ਹਾਂ ਤੁਸੀਂ ਮਾਲਕ ਹੋ ਕਿਉਂ ਖੈਰ ਅੱਲਾਹ ਤੇਰੀ ਸ਼ਾਨ ਤੇਰੇ ਕੰਮ ਨਰਾਲੇ ਤੁਸੀਂ ਜਾ ਕੇ ਨਾ ਮੂੰਹ ਧੋ ਮੈਂ ਸਿਰ ਖਾਬ ਦੇਖ ਰਹੀ ਹਾਂ ਕੋਈ ਕਿੱਥੋਂ ਆਇਆ ਸਰ ਮੈਂ ਕਸਟਮਰ ਹਾਂ ਤੁਸੀਂ ਕਿਸ ਕਿਸਮ ਦੀ ਬਦਤਮੀਜ਼ੀ ਕਰ ਰਹੇ ਹੋ ਮੈਂ ਤੁਹਾਨੂੰ ਦੱਸ ਰਿਹਾ ਮੈਂ ਦੁਕਾਨ ਦਾ ਸਰ ਤੁਸੀਂ ਮੈਨੂੰ ਮਾਲਕ ਲੱਗ ਨਹੀਂ ਰਹੇ ਸੋਨਾ ਮੇਰੀ ਪ੍ਰੋਬਲਮ ਹੈ ਅੱਛਾ 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 ਅਸੀਂ ਨਾ ਆਪਣਾ ਤਸਵੀਰਾਂ ਕੁਝ ਭੁੱਲ ਗਏ ਉੱਥੇ ਨਹੀਂ ਨਹੀਂ ਹਾਂ ਬਣਵਾਣੀਆਂ ਨੇ ਅੱਛਾ ਬਣਵਾਣੀਆਂ ਨੇ ਜੀ ਜੀ ਆਪਣੀਆਂ ਨਹੀਂ ਨਹੀਂ ਉਹ ਤਾਂ ਦੱਸਾਂਗੇ ਸੀ ਉਹੀ ਮੈਂ ਕਹਾ ਐਡਾ ਪੁਰਾਣਾ ਕੈਮਰਾ ਤੇ ਹੈ ਨਹੀਂ ਮੈਨੂੰ ਕੀ ਮਤਲਬ ਮੈਨੂੰ ਜਾਲੇ ਲੱਗੇ ਨੇ ਨਹੀਂ ਮੈਂ ਵੈਸੇ ਕਹਿ ਰਿਹਾ ਕਿ ਕਿਹਦੀ ਬਣਾਣੀ ਸਰ ਉਹ ਤੁਹਾਨੂੰ ਬਾਅਦ ਚ ਦੱਸਾਂਗਾ ਪਹਿਲੇ ਕੁਝ ਰੇਟ ਕੁਝ ਸਿਸਟਮ ਕੁਝ ਹਾਂਜੀ ਮੈਂ ਤੁਹਾਨੂੰ ਦੱਸਣਾ ਸਰ ਮੈਂ ਤੁਹਾਨੂੰ ਦੱਸਣਾ ਸਰ ਕੀ ਹੈ ਜੀ ਕੋਈ ਇਵੈਂਟ ਹੈ ਕੋਈ ਵੈਸੇ ਜੀ ਜੀ ਇਵੈਂਟ ਹੀ ਹੈ ਅੱਛਾ ਇਵੈਂਟ ਹੈ ਕੋਈ ਜੀ ਜੀ ਸ਼ਾਦੀ ਕੋਈ ਇਹ ਭਤੀਜੇ ਮੇਰੇ ਦੀ ਸ਼ਾਦੀ ਹੈ ਉਹ ਮਾਸ਼ਾਅੱਲਾ ਅੱਛਾ ਤੁਹਾਡੀ ਸ਼ਾਦੀ ਜੀ ਜੀ ਮੇਰੀ ਮੇਰੀ ਅੱਛਾ ਮੱਲੇ ਜੇ ਜਿੰਨੇ ਮੁੰਡੇ ਸਨ ਨਾ ਅੱਛਾ ਜੀ ਉਹ ਸਾਰੇ ਵਿਆਹੇ ਗਏ ਨੇ ਉਹਨਾਂ ਨੇ ਅਗੋ ਆਪਣੇ ਬੱਚੇ ਵੀ ਵਿਆਹਤੇ ਨੇ ਹਾਂ ਅੱਛਾ ਅੱਛਾ ਪੂਰੇ ਮੱਲੇ 'ਚ ਆਖਰੀ ਦਾਣਾ ਰਹਿ ਗਿਆ ਇਹ ਬੱਚੇ ਖੜਾਉਣ ਲਈ ਰੱਖਿਆ ਉਹਨਾਂ ਨੇ ਸਰ ਮੈਂ ਚਾਹਵਾਂ ਨਾਲ ਸ਼ਾਦੀ ਕਰਨੀ ਹੈ ਭਤੀਜੇ ਦੀ ਚਾਹਵਾਂ ਨਾਲ ਹਾਂਜੀ ਹਾਏ ਹਾਏ ਹਾਂ ਕੀ ਬਾਤ ਸਰ ਚਾਹਤੇ ਹੁੰਦੇ ਨੇ ਫਿਰ ਉਹ ਲਾਦੇ ਤਰ ਪਤਾ ਹੀ ਹੈ ਜੀ 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 ਭਤੀਜੇ ਵੀ ਪੁੱਤਰ ਹੀ ਹੁੰਦੇ ਨੇ ਬੇਸ਼ੱਕ ਹੈ ਜੀ ਹੂੰ ਤੇ ਦੱਸੋ ਕਿ ਪੂਰਾ ਪੂਰੇ ਸ਼ਾਦੀ ਦਾ ਇਵੈਂਟ ਸ਼ੂਟ ਕਰਨਾ ਹੈ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਅੱਛਾ ਅੱਛਾ ਜੀ ਜੀ ਪੂਰੀ ਪੈਕੇਜ ਡੀਲ ਕਰਨੀ ਸਾਡੇ ਨਾਲ ਪੈਕੇਜ ਡੀਲ ਤੁਹਾਡੇ ਨਾਲ ਔਰ ਤੁਮ ਤਾਮਲਾ ਸ਼ਾਦੀ ਕਰਨੀ ਹੈ ਕੀ ਬਾਤ ਆਖਰੀ ਭਤੀਜਾ ਹੈ ਹੈ ਹਾਂ ਜੀ ਆਖਰੀ ਹਾਂ ਜੀ ਕੀ ਬਦਲੋ ਮਤਲਬ ਕਿ ਭਤੀਜਾ ਆਖਰੀ ਹੈ ਆਖਰੀ ਹੈ ਤੁਹਾਡਾ ਬੰਬ ਸੁਰਲੀਆਂ ਪਟਾਕੇ ਤੁਮ ਤਾਂ ਸੁਰਲੀਆਂ ਪਟਾਕੇ ਪੁੱਤ ਰੱਖਣਾ ਬੰਬ ਸ਼ਮ ਨਾ ਪਾ ਵਿੱਚ ਹਾਂ ਐਵੇਂ ਬੇਟਾ ਕੋਈ ਕਹਾਣੀ ਬੰਬ ਹੋਈਏ ਗੱਲ ਹੀ ਸਮਝੀ ਹਾਂ ਤੇ ਇਹ ਤਸਵੀਰ ਵੈਸੇ ਕਮਾਲ ਹੈ 8 12 ਲਈ ਜੀ ਇਹ 8 ਵੇ 12 ਜੀ ਵਾਰੇ ਵਾਹ ਇਹ ਨਾ ਪੂਰਾ ਬਸ ਗਿਆ ਦੇਖੋ ਸੈਟ ਹੈਗਾ ਵਾਹ ਇਹ 4 ਬਾਈ 6 ਜੀ ਜੀ ਇਹ ਛੋਟੀ ਹੈ ਅੱਛਾ ਛੋਟਾ ਸਾਈਜ਼ ਜੀ 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 ਅਰੇ ਬੰਦੇ ਸ਼ਾਦੀ ਦਾ ਹੀ ਵੱਡੇ ਨਾ ਉਹ ਜ਼ਿਆਦਾ ਛੋਟੀ ਵੀ ਉੱਚੀ ਨਹੀਂ ਲੱਗਦੀ ਨਹੀਂ ਲੱਗਦੀ ਇਹ 5x7 ਇਹ ਵੀ ਕੋਈ ਮਨਾਸਬ ਨਹੀਂ ਲੱਗਣਾ ਤੁਹਾਨੂੰ ਜੀ ਬਿਲਕੁਲ ਠੀਕ ਹੈ ਰੇ ਕੋਈ ਸ਼ਾਦੀ ਦਾ ਹੀ ਵੱਡੇ ਨਾ ਤੁਹਾਨੂੰ ਪਤਾ ਉਹ ਜਰਾ ਤਸਵੀਰ ਥੋੜੀ ਵੱਡੇ ਐਲਬਮ ਤੇ ਲੱਗੀ ਹੋਵੇ ਜਰਾ ਹਾਂ ਸੋਹਣੀ ਲੱਗਦੀ ਨਾ ਜੀ ਕੀ ਬਾਤ ਹੈ ਤੇ ਇਹ 6x8 ਹੈਗੀ ਨਹੀਂ ਇਹ ਵੀ ਪੁੱਤਰ ਛੋਟੀ ਹੈ ਨਾ ਹੈਨਾ ਮੁੰਡੇ ਦਾ ਵਿਆਹ ਹੈ ਕੋਈ ਵੱਡੀ ਤਸਵੀਰਾਂ ਹੁਣ ਤੁਸੀਂ ਵੇਖਣੀ ਕਿ ਉੱਤੇ ਲੈਣੀ ਮੁੰਡੇ ਦੀ ਸਰ ਮਸਲਨ ਕੀ ਕਰ ਰਹੇ ਤੁਸੀਂ ਤਸਵੀਰ ਵੱਡੀ ਪੁੱਤਰ ਜੀ ਟੈਨਸ਼ਨ ਨਹੀਂ ਮਤੇ ਇਹ ਸਾਈਜ਼ ਦੇਖੋ ਤੇਰਾ 8x10 ਨਹੀਂ ਇਹ ਵੀ ਛੋਟਾ ਹੈ ਇਹ ਵੀ ਛੋਟਾ ਹੈ ਇਹ ਵੀ ਛੋਟਾ ਹੈ ਇਹ ਫਿਰ ਮੁਨਾਸਬ ਰਹੇਗਾ ਤੇਰਾ 8x12 ਵਾਲਾ ਕਿਹਦਾ ਕਹਿੰਦਾ ਤੁਸੀਂ 8x ਅਗਰ 16 ਕਰ ਲਓ 8x16 ਨਹੀਂ ਹੋਏਗਾ 12x16 ਕਰ ਲਓ ਜਾਂ 10x ਅੱਛਾ ਅੱਛਾ ਸੌਰੀ ਸੌਰੀ 12 ਕਰ ਲਓ ਕੀ ਇਹ 14 ਕਰ ਲਓ ਕੀ ਖਿਆਲ ਹੈ ਹਾਂ ਅਗਰ 16 ਕਰ ਲਓ ਤੇ ਤਸਵੀਰ ਵੱਡੀ ਜਾ ਰਹੀ ਜੀ ਜੀ ਵੱਡੀ ਤਸਵੀਰ ਪੂਰਾ ਐਲਬਮ ਮੇਰੇ ਚ ਹੀ ਹੋਵੇ ਅੱਛਾ ਹਾਂ ਐਲਬਮ ਤੋਂ ਯਾਦ ਆਇਆ ਜੀ ਉਹ ਕੋਈ ਐਲਬਮ ਹੈ ਤੇ ਦਿਖਾਓ ਦੁਲਾ ਦੁਲਨ ਦਾ ਵੱਡਾ ਐਲਬਮ ਪੁੱਤਰ ਤੈਨੂੰ ਬਹੁਤ ਕਾਲੀ ਵਿਆਹ ਦੀ ਤੂੰ ਹਫਤਾ ਨਹੀਂ ਕਰਨਾ ਇਹ ਸਾਰੀ ਜ਼ਿੰਮੇਵਾਰੀ ਵਿਆਹ ਦੀ ਮੇਰੇ ਤੇ ਪੈ ਜਾਣੀ ਅਖੀਰ ਤੇ ਤੁਸੀਂ ਚਾਚਾ ਜੀ ਤੁਹਾਡੇ ਤੇ ਹੋਰ ਕਿਹਦੇ ਤੇ ਪੈਣੀ ਕੋਈ ਗੱਲ ਨਹੀਂ ਬੱਚਾ ਹੈਗਾ ਚਾਹ ਹੁੰਦੇ ਨੇ ਹਾਂ ਅੱਗੋ ਤੇ ਤੁਹਾਨੂੰ ਪਤਾ ਇਹ ਬੇੜੇ ਘਰ ਕਰੇ ਮਹੀਨੇ ਕੇ ਬਾਅਦ ਜੀ ਲਿਓ ਐਲਬਮ ਦੇ ਯਾਰ ਆਪਣਾ ਐਲਬਮ ਵਾਸਤੇ ਕੋਈ ਮੁੰਡਾ ਰੱਖਿਆ ਹੈ ਹੈ ਜੀ ਹੋਰ ਮੈਂ ਬੋਕਲ ਰੱਖੇ ਦੁਕਾਨ ਤੇ ਅੱਛਾ ਭਾਈ ਜੁੱਤਾਂ ਬੜੀਆਂ ਕੋ ਕਰਦਾ ਇੱਕ ਮਿੰਟ ਸਾਨੂੰ ਚਾਚਾ ਜੀ ਗੱਲਾਂ ਹੀ ਬਹੁਤ ਕਰਨ ਦਾ ਵਿਆਹ ਸਾਡਾ ਸਾਡੀ ਮਰਜ਼ੀ ਭਾਈ ਬੋਲੀ ਜਾਂਦਾ ਪੁੱਤਰ ਅੱਲਾ ਨੇ ਜ਼ਬਾਨ ਦਿੱਤੀ ਕਿ ਹੋਰ ਮੈਂ ਇਸ਼ਾਰੇ ਕਰਾਂ ਤੈਨੂੰ ਗੱਲਾਂ ਨਾ ਕਰਾਂ ਨਹੀਂ ਨਹੀਂ ਸੁਣ ਤੁਸੀਂ ਐਲਬਮ ਦਿਖਾਓ ਐਲਬਮ ਹੈ ਜੀ ਐਲਬਮ ਹੈ ਜਾਂ ਲੈਪਟਾਪ ਹੈ ਭਾਈਆਂ ਨੇ ਕਿਹੜੇ ਤੁਸੀਂ ਬਾਹਰ ਬਟਨ ਨਿਕਲੇ ਵੇਖ ਲਓ ਐਲਬਮ ਹੈ ਸਰ ਅੱਛਾ ਅੱਛਾ ਇਹ ਤੁਹਾਡੇ ਚੁਆਇਸ ਦੇ ਮੁਤਾਬਕ ਨਾ ਇਹ ਇਹ ਦੇਖੋ ਕੀ ਬਾਤ ਹੈ ਇਹ ਦੇਖ ਰਹੇ ਹੋ ਤੇ ਦਾਉਦ ਰਾਏ ਨੂੰ ਜਰਾ ਥੱਲੇ ਕਰ ਦੋ ਨਾ ਨਾਈਸ ਰਾਹੁਲ ਵਾਲਾ ਕੋਵਤ ਲਾਗੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਬਦਤਮੀਜ਼ ਆਦਮੀ ਵੈਸ਼ ਰਹੀ ਤਸਵੀਰ ਤਾਂ ਦੁਖਾਤੀ ਕੋਈ ਸ਼ਰਮ ਕਰੋ ਹਯਾ ਕਰੋ ਇਹ ਤਸਵੀਰ ਵਹਾਣ ਤੋਂ ਖੁਸਰੇ ਵਹਾਣ ਦੇ ਉਹ ਮਾਡਲਾਂ ਨਹੀਂ ਹੋਏ ਕਿਹੜੀ ਦੁਨੀਆ ਤੇ ਰਹਿੰਦੇ ਹੋ ਖੁਸਰੇ ਕਿਹੜੇ ਨੇ ਇਹ ਖੁਸਰੇ ਨੇ ਹੋਰ ਕੇ ਮਹਿਕਮਾ ਲੈ ਕੇ ਉੱਭਰੇ ਹੋ ਕੇ ਅਯਾ ਭਾਈ ਤੇਰਾ ਕੋ ਮੌਤ ਦੇ ਖੂਨ ਤੱਲ ਕੇ ਉਹ ਯਾਰ ਮਾਡਲਾਂ ਨੇ ਭਾਈ ਯਾਰ ਇਹ ਕਿਹੜੀ ਮਾਡਲਾਂ ਨੇ
ਇੱਕ ਮਿੰਟ ਯਾਰ ਹੱਦ ਹੋ ਗਈ ਅਗਰ ਸਹਿਜ ਵਿਖਾ ਰਿਹਾ ਭਾਈ ਭਾਈ ਜਾਨ ਸਹਿਜ ਦਿਖਾਓ ਤੁਸੀਂ ਤੇ ਹੱਦ ਹੋ ਗਈ ਮੈਨੂੰ ਮੇਲੇ 'ਚ ਲੈ ਗਏ ਹੋ ਸਰ ਇਹ ਸਹਿਜ ਠੀਕ ਆ ਬਣਾ ਦਈਏ ਆ ਦੇਖੋ ਮੁੰਡਿਆ ਸਹਿਜ ਜ਼ਰਾ ਚਾਚਾ ਸਾਨੂੰ ਬੱਚਾ ਸਮਝਦਾ ਪਿਆ ਸਹੀ ਚੀਜ਼ ਨਹੀਂ ਵਿਖਾਉਂਦੇ ਪਿਆ ਸਾਨੂੰ ਸਹੀ ਚੀਜ਼ ਕਿਤੇ ਨੂੰ ਦੇਸੀ ਘਿਓ ਵਾਲਾ ਐਲਬਮ ਵਾ ਦੇ ਸਾਡਾ ਵਿਆਹ ਅਸੀਂ ਆਪਣੀ ਮਰਜ਼ੀ ਨਹੀਂ ਕਰਨੀ ਹਾਂ ਵੇਖੋ ਯਾਰ ਦੇਖੋ ਜੀ ਇਹ ਸਹਿਜ ਠੀਕ ਹੈ ਸਹਿਜ ਤੇ ਠੀਕ ਹੈਗਾ ਜੀ ਬਿਲਕੁਲ ਸਾਰਾ ਕੋਈ ਨਾਲ ਹੀ ਹੋਏਗਾ ਸਾਰਾ ਕੁਛ ਕੀ ਸਾਰਾ ਕੁਛ ਕੀ ਨਾਲ ਭਾਈ ਨਾ ਤਸਵੀਰ ਅਸੀਂ ਬਣਾਉਣੀ ਹੈ ਸਾਰਾ ਕੁਛ ਜੋ ਉੱਥੇ ਪਿਆ ਹੋਏਗਾ ਉੱਥੇ ਪਿਆ ਹੋਏਗਾ ਤੁਹਾਡਾ ਉੱਥੇ ਦਾ ਆਉਣਾ ਇੱਥੇ ਉਹ ਨੀ ਜਾਣਾ ਕੁਛ ਵੀ ਸਿਰਫ ਤਸਵੀਰ ਬਣਾਵਾਂਗੇ ਲੱਗਣਗੀਆਂ ਬਾਕੀਆਂ ਦੀ ਵੀ ਲੱਗਣਗੀਆਂ ਮੁੰਡੇ ਨੂੰ ਬੜੀ ਕਾਹਲੀ ਹੈ ਜੀ ਮੈਨੂੰ ਕੋਈ ਸਮਝ ਨਹੀਂ ਆ ਰਹੀ ਹੈ ਤਸਵੀਰਾਂ ਬਣਾ ਕੇ ਨਾ ਤੈਨੂੰ ਟਾਈਮ ਨਾਲ ਪਾਗਲ ਖਾਣੇ ਲੈ ਜਾਣਾ ਹੈ ਤੇ ਵਿਆਹ ਲੈ ਤੇ ਲੈ ਆਉਣਾ ਇਹਨੂੰ ਤਕਲਫ ਹੋ ਜੇ ਖਾਣੇ ਦਾ ਉਹ ਫਿਰ ਤਕਲਫ ਹੀ ਹੈ ਮੈਂ ਕਿਹਾ ਉਹ ਆਪਣਾ ਕੋਈ ਗੱਲ ਸੀ ਗੱਲ ਨਹੀਂ ਖਾਣੇ ਦੀ ਕਿਹੜੀ ਗੱਲ ਹੈ ਜੀ ਅੱਛਾ 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 ਪਹਿਲੇ ਕੰਮ ਦੀ ਗੱਲ ਹੋ ਜੇ ਖਾਣਾ ਤਾਂ ਹੁੰਦਾ ਰਹੇਗਾ ਫਿਰ ਕਿਉਂ ਕੋਈ ਬੁਕਿੰਗ ਵਗੈਰਾ ਕੋਈ ਘਰ ਕਰਨੇ ਨੇ ਕੁਛ ਨਾ ਸਾਡੇ ਆਊਟਡੋਰ ਅੱਛਾ ਬਾਹਰ ਵੀ ਸ਼ੂਟ ਕਰਨਾ ਅੱਜ ਕੱਲ ਬੜਾ ਟ੍ਰੈਂਡ ਬਣਿਆ ਆਊਟਡੋਰ ਸ਼ੂਟ ਇਹ ਉਹ ਗਾਰਡਨ ਦੇ ਵਿੱਚ ਇਹ ਉਹ ਹੈ ਬਿਲਕੁਲ ਉਧਰ ਅੱਛਾ ਲੱਗਦਾ ਜੀ ਜੀ ਕਿੱਥੇ ਕਿੱਥੇ ਕਰੋਗੇ ਸ਼ੂਟ ਪਹਿਲਾ ਸ਼ੂਟ ਸਾਡਾ ਜੋ ਹੋਏਗਾ ਸ਼ਾਲਾਮਾਰ ਬਾਗ ਸ਼ਾਲਾਮਾਰ ਬਾਗ ਤੇ ਦੂਜਾ ਸ਼ੂਟ ਚਾਚਾ ਜੀ ਛਾਂਗੇ ਮੰਗੇ ਤੇ ਜਿਹੜਾ ਤੀਸਰਾ ਨਾ ਜੀ ਹਾਂਜੀ ਹੋਣਾ ਬਾਰਡਰ ਤੇ ਸ਼ੂਟ ਜੀ ਨਹੀਂ ਇਹ ਸਾਡੇ ਸ਼ੂਟ ਕਰਨ ਤੋਂ ਪਹਿਲੇ ਅਗਰ ਉਹਨਾਂ ਨੇ ਉਧਰੋਂ ਸ਼ੂਟ ਕਰਤਾ ਤੇ ਉਹਨਾਂ ਕੋਲ ਜ਼ਿੰਮੇਵਾਰ ਬਾਰਡਰ ਤੇ ਕਿਉਂ ਦੇਖੋ ਜੀ ਬਾਰਡਰ ਤੇ ਵੀ ਅਸੀਂ ਸ਼ੂਟ ਕਰਨਾ ਚਾਹ ਰਹੇ ਹਾਂ ਬਾਰਡਰ ਤੇ ਕਿਉਂ ਸਰ ਉਹ ਪ੍ਰੋਬਲਮ ਹੈ ਕਿ ਜਿੰਨਾਂ ਦੀ ਬੱਚੀ ਹੈ ਨਾ ਗੋ ਆਣੀ ਸਾਡੇ ਘਰ ਹਾਂਜੀ ਇਹ ਉਹਨਾਂ ਦੀ ਡਿਮਾਂਡ ਹੈ ਬਾਰਡਰ ਦੀ ਜੀ ਅੱਛਾ ਕੁੜੀ ਵਾਲਿਆਂ ਨੇ ਕਿਹਾ ਜੀ ਮੈਂ ਤੁਹਾਨੂੰ ਆਪਸ ਦੀ ਗੱਲ ਦੱਸਾਂ ਜੀ ਉਹ ਤੁਹਾਨੂੰ ਨਾ ਸਿੱਧੀ ਸਿੱਧੀ ਨਾ ਨਹੀਂ ਕਰਨਾ ਚਾਹੁੰਦੇ ਹਾਂ ਉਹ ਚਾਹੁੰਦੇ ਕਿ ਮੁੰਡੇ ਨੂੰ ਕਿਤੇ ਗੋਲੀ ਛੋਲੀ ਵੱਜ ਜਾਏ ਨਹੀਂ ਨਹੀਂ ਉਹ ਸ਼ੂਟ ਨਹੀਂ ਕਰਨਾ ਅਸੀਂ ਇਹ ਸ਼ੂਟ ਕਰਨਾ ਅਸੀਂ ਕਿਉਂ ਕਰਨਾ ਹੈ ਨਹੀਂ ਉਹਨਾਂ ਨੇ ਕਰਨਾ ਜਿੱਥੇ ਅਸੀਂ ਜਾਣਾ ਹੈ ਮਜਬੂਰੀ ਕੀ ਕਰੀਏ ਨਹੀਂ ਸਭ ਤੋਂ ਪਹਿਲੇ ਤੇ ਉਹ ਬੰਦਾ ਮਰਨਾ ਜਿਹੜਾ ਖਲੋ ਕੇ ਬਿਲਕੁਲ ਸਿੱਧਾ ਉਹ ਤੇ ਹਿੱਲ ਵੀ ਨਹੀਂ ਸਕਦਾ ਜਿਹੜਾ ਸ਼ੂਟ ਕਰ ਰਿਹਾ ਫਿਰ ਕੀ ਕਰੀਏ ਫਿਰ ਚਾਚਾ ਜੀ ਬਾਰਡਰ ਦਾ ਪ੍ਰੋਗਰਾਮ ਬਦਲ ਲਈਏ ਕਿਸੇ ਹੋਰ ਜਗ੍ਹਾ ਲੈ ਚਲੀਏ ਓਏ ਕੁੜੀ ਵਾਲੇ ਨਹੀਂ ਮੰਨਣਗੇ ਰਿਸ਼ਤਾ ਟੁੱਟ ਜਾਏਗਾ ਨਾ ਮਰਾਦਾ ਸਰ ਤੁਸੀਂ ਪੈਸੇ ਲੈਣੇ ਨੇ ਨਾ ਹੈ ਤੁਸੀਂ ਪੈਸੇ ਲੈਣੇ ਨੇ ਨਾ ਮੈਂ ਸਾਹ ਵੀ ਲੈਣਾ ਹੈ ਗੋਲੀ ਵਿੱਚ ਤੋਂ ਬਾਹਰ ਨਹੀਂ ਆਉਂਦਾ ਉਹ ਸਰ ਗੱਲ ਹੀ ਸਮਝੇ ਪੈਸੇ ਤਾਂ ਮੈਂ ਲੈਣੇ ਲੈਣੇ ਨੇ ਜੀ ਜੀ ਤੇ ਤੁਸੀਂ ਡਬਲ ਪੈਸੇ ਲੈ ਲਓ ਤਾਂ ਜੋ ਮੇਰੇ ਬੱਚਿਆਂ ਨੂੰ ਜਾਣ ਉਹ ਤੁਸੀਂ ਮੇਰੇ ਕੋਲ ਛੋੜ ਕੇ ਆਣਾ ਕਿ ਮੇਰਾ ਬੀਮਾ ਕਰਵਾਉਣ ਲੱਗੇ ਜਨਾਬ ਫਿਰ ਉਹਦਾ ਹੱਲ ਕੀ ਹੋ ਸਕਦਾ ਹੁਣ ਹੈ ਇਹਦਾ ਕੀ ਹੱਲ ਹੋ ਸਕਦਾ ਇਹਦਾ ਹੱਲ ਹੈ ਕਿ ਜਾਂ ਤੇ ਤੁਸੀਂ ਕੋਈ ਫੋਟੋਗ੍ਰਾਫਰ ਹੋਰ ਲੱਭ ਲਓ ਅੱਛਾ ਤੇ ਯਾਰ ਰਿਸ਼ਤੇ ਦਾ ਜਵਾਬ ਦੇ ਵੈਸੇ ਜਾ ਕੇ ਨਾ ਬਾਰਡਰ ਵਿਖਾ ਲਿਆ ਬਾਘਾ ਲੈ ਜਾਓ ਹੈ ਜੀ ਗੰਡਾ ਸਿੰਘ ਲੈ ਜਾਓ ਸ਼ਾਮ ਨੂੰ ਪਰੇਡ ਹੁੰਦੀ ਬੜੀ ਵਧੀਆ ਉੱਥੇ ਬੇਇੱਜ਼ਤੀ ਨੀ ਬੜੀ ਦੁਨੀਆ ਜਾਂਦੀ ਉੱਥੇ ਚਾਚਾ ਜੀ ਮੇਰੀ ਗੱਲ ਸੁਣੋ ਪਹਿਲੇ ਤਾਂ ਗੱਲ ਭਾਈ ਬਹਿਸ ਬਹੁਤ ਕਰਨ ਡਿਆ ਸਾਡਾ ਵਿਆਹ ਜਿੱਥੇ ਮਰਜ਼ੀ ਕਰੀਏ ਸਾਰੇ ਮਾਰੇ ਜਾਈਏ ਉੱਥੇ ਇਹ ਵੀ ਤੇ ਹੋ ਸਕਦਾ ਨਾ ਅੱਛਾ ਤੇ ਚਲੋ ਅਸੀਂ
ਲੋਕੇਸ਼ਨ ਮੈਂ ਚੇਂਜ ਕਰਵਾ ਲਾਂਗਾ। ਤੁਸੀਂ ਕਰਵਾ ਲਓ। ਅੱਛਾ ਜਿੱਥੇ ਵੀ ਜਾਣਾ ਜੇ ਨਾ, ਠੀਕ ਹੈ, ਗੱਡੀ ਤੁਹਾਡੀ ਹੋਏਗੀ, ਕਨਵੇਂਸ ਤੁਹਾਡੀ ਹੋਏਗੀ, ਅਸੀਂ ਸਿਰਫ ਜਾਵਾਂਗੇ ਨਾਲ। ਕਨਵੇਂਸ ਸਾਡੀ ਦੀਦੀ? ਹੋਰ ਮਤਲਬ ਕੀ ਤੁਹਾਡਾ ਕੀ ਮਤਲਬ ਹੈ ਕਿ ਮੈਂ ਲੱਖ ਸਵਾ ਲੱਖ ਦੇ ਵਿੱਚ ਲੈ ਕੇ ਤੁਹਾਡੇ ਕੋਲੋਂ ਤੇ ਬਾਅਦ ਮੈਂ 2.5 ਲੱਖ ਪੈਟਰੋਲ ਦਾ ਲਾਇਆ, ਉਹਦਾ ਕੋਲ ਜ਼ਿੰਮੇਦਾਰ? ਨਹੀਂ ਤੇ ਆਉਣ ਦੀ ਵੀ ਕਨਵੇਂਸ ਸਾਡੀ ਹੋਏਗੀ। ਸਰ ਤੁਸੀਂ ਲੈ ਕੇ ਵੀ ਜਾਣਾ ਸਾਨੂੰ ਤੇ ਲੈ ਕੇ ਵੀ ਜਾਣਾ ਯਾਰ, ਤੁਸੀਂ ਬਾਜੇ ਵਾਲੇ ਹੋ ਯਾਰ, ਕਮਾਲ ਹੋ ਗਈ। ਬਾਜੇ ਵਾਲੇ ਚ ਕਿਹੜੀ ਗੱਲ ਯਾਰ, ਲੈ ਕੇ ਵੀ ਜਾਓ, ਲੈ ਕੇ ਵੀ ਜਾਓ। ਉਹ ਭਾਜੀ ਸ਼ੂਟ ਕਰਕੇ ਫਾਦੂਗੀ ਤੁਹਾਡੇ ਲਈ, ਗੱਡੀ ਤੁਹਾਡੀ ਨਹੀਂ ਹੁੰਦੀ। ਤੁਸੀਂ ਮੈਨੂੰ ਕਹੋ ਜੀ ਖਾਨੇਵਾਲ ਸ਼ੂਟ ਕਰਨਾ ਤੇ ਮੈਂ ਤੋਂ ਕਿਰਾਇਆ ਲਾ ਕੇ ਖਾਨੇਵਾਲ ਜਾਂਦਾ ਫਿਰ ਤੁਹਾਡੇ ਮਗਰ? ਠੀਕ ਕਹਿ ਰਿਹਾ ਭਾਈ, ਠੀਕ ਕਹਿ ਰਿਹਾ ਭਾਈ। ਅੱਛਾ ਮੇਰੇ ਖਿਆਲ ਹੈ ਕਿ ਉਹ ਤੁਹਾਨੂੰ ਪੈਸਿਆਂ ਦੀ ਤਾਂ ਕੋਈ ਪ੍ਰੋਬਲਮ ਨਹੀਂ ਨਾ? ਉਹ ਅੱਲਾ ਦਾ ਬੜਾ, ਤੁਸੀਂ ਦੂਸਰੀ ਗੱਲ ਹੀ ਨਹੀਂ ਕੀਤੀ ਮੇਰੇ ਨਾਲ। ਜੀ ਜੀ ਜੀ, ਤੁਹਾਡੇ ਨਾਲ ਦੂਸਰੀ ਗੱਲ ਅਸੀਂ ਵੀ ਨਹੀਂ ਕਰਾਂਗੇ। ਮੈਂ ਠੀਕ ਹੋ ਗਿਆ, ਕੰਮ ਵੱਲੋਂ ਸ਼ਿਕਾਇਤ ਨਹੀਂ ਆਏਗੀ ਤੁਹਾਨੂੰ? ਜੀ ਠੀਕ ਹੈ, ਬਿਹਤਰੀਨ ਹੋਏਗਾ। ਅੱਛਾ ਪਤਾ ਕੀ, ਇਹ ਸ਼ਾਦੀ ਦੇ ਬਾਅਦ ਇਹਨੇ ਫੌਰੀ ਬਾਹਰ ਦੇ ਮੁਲਕ ਚਲੇ ਜਾਣਾ। ਫੌਰਨ? ਜੀ, ਬਤਾਇਆ ਨਿਕਾਹ ਪੜਿਆ ਗਿਆ। ਹਾਂ, ਇਹ ਗਿਆ ਜਹਾਜ਼ 'ਚ ਬਹਿ ਕੇ ਤੂੰ ਬਾਹਰ ਘਰ ਨਹੀਂ ਜਾਣਾ? ਨਹੀਂ, ਉਹ ਬਾਹਰ ਦੀ ਕਮੇਟੀ ਐਸੀ ਕਿ ਨਿਕਾਹ ਦੇ ਬਾਅਦ ਫੌਰੀ ਬਾਹਰ ਜਾਣਾ ਇਹਨੇ। ਨਹੀਂ ਮਤਲਬ ਕਿ ਸਾਈਨ ਕਰਕੇ ਜੀ ਤੇ ਬੈਗ ਚੁੱਕ ਲੇਗਾ ਸਿੱਧਾ ਏਅਰਪੋਰਟ ਤੇ? ਜੀ ਬਿਲਕੁਲ। ਚਾਚਾ ਜੀ, ਘੰਟਾ ਕਿਤੇ ਰਹਿਣਾ ਘਰ ਮੈਂ ਬੈਠੇ, ਮੈਂ ਜੀ ਇੱਥੇ ਹੈਗਾ। ਨਹੀਂ ਤੇ ਫਿਰ ਕੁੜੀ ਕਿਸੇ ਹੋਰ ਨਾਲ ਵਿਆਹ ਦੋ, ਬਾਹਰ ਇਹਨੂੰ ਭੇਜ ਦਿਓ। ਭਾਈ ਜਾਨ, ਉਹਦੀ ਨੌਕਰੀ ਦਾ ਮਸਲਾ ਹੈ, ਸਾਡੀ ਫੈਮਿਲੀ ਮੈਟਰ 'ਚ ਨਾ ਉਹ ਨਾਂ ਕੀ ਤੁਹਾਡਾ, ਮੈਂ ਪੁੱਛ ਨਹੀਂ ਸਕਿਆ ਮਾਫੀ ਨਾਲ। ਤੁਹਾਡਾ ਨਾਮ ਜੀ? ਮੇਰਾ ਜੀ, ਜੀ ਜੀ ਜੀ, ਰਾਣਾ ਇਮਰਾਨ ਜੀ। ਰਾਣਾ ਇਮਰਾਨ ਜੀ? ਜੀ ਰਾਣਾ ਸਾਹਿਬ, ਮੈਂ ਚਾਹੁੰਦਾ ਕਿ ਮੁੰਡੇ ਦੀ ਜਦੋਂ ਤਸਵੀਰ ਖਿੱਚੋ ਨਾ, ਮੁੰਡੇ ਦੀਆਂ ਲਾਲੀਆਂ ਗੱਲਾਂ ਦੇ ਪੱਖੀਆਂ ਹੋਣ, ਇਹ ਤਿੱਖਾ ਨੱਕ ਹੋਵੇ, ਇਹ ਗੁਲਾਬ ਦੀ ਪੱਤੀ ਵਰਗੇ ਦੇ ਹੋਂਠ ਹੋਣ, ਬਿੱਲੀਆਂ ਅੱਖਾਂ ਆਣ, ਪਤਾ ਲੱਗੇ ਕਿ ਗੋਲਡਨ ਸੇਬ ਹੈ। ਉਹ ਤਾਂ ਫਿਰ ਇੱਕ ਤਰੀਕਾ ਹੈਗਾ ਜੀ ਜੀ, ਮੁੰਡਾ ਖੋਲ ਲੈ। ਚਾਚਾ ਜੀ, ਕੀ ਮੇਰਾ ਵਿਆਹ, ਮੈਂ ਮੁੰਡਾ ਖੋਤਾ। ਮੁੰਡਾ ਕਿੱਥੋਂ ਲੈ ਆਈਏ ਜੀ? ਨਹੀਂ ਮੇਰਾ ਮਤਲਬ ਬੰਦਾ ਫਿਰ ਉਹ ਜਿਹਾ ਲਿਆ ਨਾ ਕੋਈ। ਨਹੀਂ ਤੁਸੀਂ ਕੋਈ ਰਿਜ਼ਲਟ ਕੱਢੋ ਇਹਦਾ, ਐਸਾ ਇਹਦਾ ਜੀ, ਇਹਦਾ ਮੈਂ ਕੀ ਰਿਜ਼ਲਟ ਕੱਢਣਾ? ਕਹਿੰਦਾ ਮੈਂ ਰਿਜ਼ਲਟ ਕੱਢ ਲਿਆ, ਇਹ ਕੱਖ ਵੀ ਨਹੀਂ ਹੈਗਾ ਵਿਚਾਰਾ। ਗੱਲਾਂ ਗੱਲਾਂ ਕੋਈ ਨਹੀਂ ਪੁੱਤਰ, ਉਹ ਗੱਲਾਂ ਦੇ ਪੈਸੇ ਲੈਣੇ ਨੇ ਉਹਨੇ ਤੇ ਅਰਜ਼ੇ ਕਿ ਸ਼ਾਦੀ ਤਾਂ ਮੇਰੀ ਵੀ ਨਹੀਂ ਜੀ ਹੋਈ ਹੋਈ ਹੈ ਜੀ। ਵਾਕਈ ਜੀ? ਜੀ, ਕੋਈ ਐਸੀ ਤਸਵੀਰ ਮੇਰੀ ਖਿੱਚਣਾ ਜਿਹੜੀ ਵੇਖੇ ਤਸਵੀਰ ਵੇਖ ਕੇ ਮਰ ਜਾਏ। ਐਡੀ ਮਨਹੂਸ ਤਸਵੀਰ ਬਣਾਉਣੀ ਤੁਹਾਡੀ? ਨਹੀਂ, ਖੂਬਸੂਰਤੀ ਪੈਦਾ ਕਰਨੀ ਉਹਦੇ 'ਚ, ਜਵਾਨੀ ਲੱਗੇ ਤੁਹਾਡੀ, ਚਿਹਰਾ ਖਿਲਿਆ ਖਿਲਿਆ ਲੱਗੇ, ਪਤਾ ਲੱਗੇ ਕਿ ਯਾਰ ਆਮਰ ਖਾਨ ਨਾਲ ਛੇੜ ਮਿਲ ਰਹੇ ਆ, ਯਾਨੀ ਕਿ ਤੁਸੀਂ ਜਵਾਨ ਜਵਾਨ ਲੱਗੋ। ਜੀ 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 ਜੀ, ਇਹ ਕੈਮਰੇ ਸਾਮਰੀ ਜਾਦੂ ਕਰਦੇ ਨੇ ਜਿਹੜੇ ਮੈਂ ਰੱਖੇ ਨੇ, ਤੁਸੀਂ ਨਾ ਬਣਾ ਲਓ। ਉਹ ਜਿੰਨੀ ਤੁਹਾਡੀ ਉਮਰ ਹੋ ਗਈ ਭਾਈ ਜਾਨ, ਕਿੱਥੇ ਜਵਾਨ ਜਵਾਨ ਤੇ ਜੇ, ਕੋਸ਼ਿਸ਼ ਮੈਂ ਪੂਰੀ ਕਰਾਂਗਾ ਮਿਹਰਬਾਨੀ ਕਿ ਤੁਹਾਡੀ ਤਸਵੀਰ ਅੱਛੀ ਆ ਜਾਏ। ਦੇਖੋ ਪੈਸੇ ਅਸੀਂ ਨਹੀਂ ਕਟਵਾ ਰਹੇ, ਲੇਕਿਨ ਤੁਸੀਂ ਚਿਹਰਾ ਮੇਰਾ ਇਹੋ ਜਿਹਾ ਬਣਾ ਕੇ ਜਵਾਨ ਲੱਗਾ, ਜਿਹੜੀ ਲੜਕੀ ਵੇਖੇ ਕਹੇ ਇਹੀ ਚਾਹੀਦਾ। ਇਹਨੂੰ ਛੱਡ ਦਈਏ, ਇਹਦੀ ਖੈਰ ਛੱਡੋ, ਪਰ ਇਹ ਤਾਂ ਹੋ ਹੀ ਜਾਏਗੀ। ਹੈਂ, ਇਹ ਤੁਹਾਡੀ ਕਿਉਂ ਨਹੀਂ ਸ਼ਾਦੀ ਇੰਨੀ ਦੇਰ ਦੀ ਹੋਈ, ਕੀ ਗੱਲ? ਬਸ ਜੀ, ਮੈਂ ਨਾ ਕਿਤੇ ਵੀ ਵਾਅਦਾ ਕਰ ਬੈਠਾ ਵੱਡਿਆਂ ਨਾਲ ਕਿ ਮੈਂ ਨਹੀਂ ਕਰਾਵਾਂਗਾ, 60 ਸਾਲ ਦੀ ਉਮਰ ਜਦੋਂ ਹੋ ਜਾਏਗੀ ਫਿਰ ਕਰਾਵਾਂਗਾ ਵੱਡਿਆਂ ਨਾਲ। ਹਾਂਜੀ, ਤਾਂ ਵੱਡਿਆਂ ਨੇ ਮੰਨ ਲਿਆ? ਮੰਨ ਲਿਆ ਉਹਨਾਂ ਨੇ ਵੱਡਿਆਂ ਨੇ। ਤੁਹਾਡੇ ਵੱਡੇ ਵੀ ਗੁੱਡੇ ਸਮਝਦਾਰ ਨਹੀਂ ਲੱਗੇ? ਸਰ, ਸ਼ਾਦੀ ਮੇਰੀ ਵੀ ਹੋਣੀ ਚਾਹੀਦੀ ਹੈ, ਮੈਂ ਬਹੁਤ ਪਰੇਸ਼ਾਨੀ ਕੱਟ ਰਿਹਾ। ਅੱਛਾ ਜੀ, ਤੁਹਾਡੇ ਵੱਡਿਆਂ ਦੀ ਹੋਈ ਸੀ ਜੀ? ਨਹੀਂ, ਉਹਨਾਂ ਦੀ ਹੋਈ ਸੀ ਸ਼ਾਦੀ? ਉਹਨਾਂ ਦੀ ਹੋਈ ਸੀ ਤੇ ਮੈਂ ਆਇਆ ਨਾ। ਤੁਹਾਨੂੰ ਕਿਉਂ ਰੋਕ ਰਹੇ ਸੀ? ਮੈਂ ਉਹਨਾਂ ਨੂੰ ਰੋਕਤਾ ਕਿ ਰਹਿਣ ਦਿਓ, ਕਿ ਜ਼ਰਾ ਸੈਟਲ ਹੋ ਲਵਾਂ। ਤੇ ਤੁਹਾਡੇ ਖਾਨਦਾਨ ਦੀ ਬੰਦਾ ਕੋ ਮੇਰੇ ਕੋਲ 75 ਸਾਲ ਸੈਟਲ ਹੋ ਜਾਂਦਾ? ਭਾਈ ਜਾਨ, ਕਿਹੜੇ ਦਿਮਾਗ ਖਰਾਬ ਕਰਨ ਡਏ ਹੋ, ਸਾਡਾ ਟਾਈਮ ਵੇਸਟ ਨਾ ਕਰੋ, ਜ਼ਰਾ ਇਹਦੀ ਪਾਸਪੋਰਟ ਸਾਈਜ਼ ਤਸਵੀਰਾਂ ਤੇ ਲਾਓ ਨਾ ਜ਼ਰਾ। ਅੱਛਾ, ਪਾਸਪੋਰਟ ਆਸ? ਹਾਂ, ਉਹ ਤੇ ਲਾਓ ਨਾ ਜ਼ਰਾ, ਉਹ ਮੈਂ ਚਲਵਾਓ। ਹਾਂ ਚਲੋ, ਦੇਖੀਏ ਬਾਕੀ ਡੀਲ ਤੇ ਕਰ ਲੈਣੇ। ਆਓ ਜੀ ਭਾਜੀ। ਜੀ ਜੀ ਬਿਸਮਿਲ।